ਕੀ ਨਾਮ ਤੁਹਾਡਾ? ਬੰਟੀ। ਬੰਟੀ ਭਰਾ ਕਿਹੜੀ ਜਗ੍ਹਾ ਰਹਿੰਦੇ? ਮੈਂ ਖੋਤੜਾ ਪਿੰਡ। ਖੋਤੜਾ ਕੀ ਮਾਮਲਾ ਹੋਇਆ ਸਾਰਾ ਐਕਸੀਡੈਂਟ ਜਿਹੜਾ ਹੋਇਆ? ਜਿੱਦਾਂ ਹੁਣ ਅਸੀਂ ਆਪਣੇ ਜਾਂਦੇ ਪਏ ਸੀਗੇ, ਸਕੂਟੀ ਤੋਂ ਪਿੱਛੋਂ ਗੱਡੀ ਮਾਰੀ ਆ ਉਹਨੇ, ਪਤਾ ਨਹੀਂ ਕੀ ਚੀਜ਼ ਵੱਜੀ ਪਿੱਛੋਂ, ਮੁੜ ਕੇ ਸਾਨੂੰ ਹੋਸ਼ ਹੀ ਨਹੀਂ ਆਈ। ਅੱਛਾ, ਤੁਸੀਂ ਕਿੰਨੇ ਜਾਣੇ ਸੀ? ਅਸੀਂ 2 ਜਾਣੇ ਸੀਗੇ। ਕਿੱਥੋਂ ਆਏ ਸੀ? ਅਸੀਂ ਚਾਚੂ ਕਿਤੇ ਚੱਲੇ ਸੀਗੇ। ਅੱਛਾ, ਚਾਚੂ ਕਿਹਨੂੰ? ਚਾਚੂ ਕਿਤੇ ਫੁਆੜੇ ਚੱਲੇ ਸੀਗੇ। ਅੱਛਾ, ਚਾਚੂ ਫੁਆੜੇ ਵੱਲ ਆ ਰਹੇ ਸੀ ਇੱਧਰ ਨੂੰ? ਹਾਂਜੀ, ਫੁਆੜੇ ਚੱਲੇ ਸੀ ਅਤੇ ਗੱਡੀ ਮਾਰ ਕੇ ਚਲ ਗਿਆ। ਪਤਾ ਹੀ ਨਹੀਂ ਲੱਗਾ ਕਿੰਨੇ ਇਹਨੂੰ ਹਿੱਟ ਕੀਤਾ ਮੌਕੇ 'ਤੇ, ਪਤਾ ਲੱਗਾ ਕੁਛ? ਇੱਕ ਮੂਹਰੇ ਸਾਈਕਲ ਵਾਲਾ ਸੀਗਾ, ਸਾਈਕਲਾਂ ਦਾ ਪਤਾ ਹੀ ਲੱਗਾ ਕਿੱਥੇ ਗਿਆ, ਅਤੇ ਇੱਕ ਮੂਹਰੇ ਇੱਟ ਵਾਲਾ ਸੀਗਾ, 3 ਗੱਡੀਆਂ ਮਾਰੀਆਂ। 3 ਜਣੇ ਲੱਗੇ? ਹਾਂਜੀ ਹਾਂਜੀ। ਕਿੰਨੇ ਤੁਸੀਂ ਕਿੰਨੇ ਲੋਕ ਸੀ? ਅਸੀਂ 2 ਜਣੇ ਸੀਗੇ। ਤੁਹਾਡੇ ਨਾਲ ਦਾ ਵਿਅਕਤੀ? ਉਹਨੂੰ ਵੀ ਕਿਸੇ ਵਜ੍ਹਾ ਦਿਖਾ ਦਿੱਤਾ। ਉਹ ਠੀਕ ਹੈ ਉਹ ਵੀ? ਹਾਂਜੀ ਹਾਂਜੀ। ਅਤੇ ਮੁੱਕ ਦੇ ਗੱਡੀ ਸੀ, ਰੁਕ ਗਈ ਕਿ ਭੱਜ ਗਿਆ? ਉਹ ਗੱਡੀ ਨਾਲ ਭੱਜ ਗਿਆ ਸੀ, ਗੱਡੀ ਦੇ ਰੁਕੀ ਮੁੱਕੇ 'ਤੇ। ਕੋਈ ਨੰਬਰ ਵਗੈਰਾ ਟੇਸ ਹੋਇਆ? ਨੰਬਰ ਉਹਨਾਂ ਪੁਲਿਸ ਕਹਿੰਦੇ ਕੀਤਾ, ਨੋਟ ਕੀਤਾ, ਪੁਲਿਸ ਨੇ ਨੋਟ ਕਰ ਲਿਆ। ਹਾਂਜੀ ਹਾਂਜੀ, ਉਹਨਾਂ ਦਾ ਨੰਬਰ ਪਹੁੰਚ ਗਿਆ। ਕਿਹੜੀ ਗੱਡੀ ਸੀ ਨਾ, ਪਰ ਪਤਾ ਕੁਛ? ਨਹੀਂ, ਗੱਡੀ ਤਾਂ ਪਤਾ ਹੀ ਲੱਗਾ, ਗੱਡੀ ਬਹੁਤ ਤੇਜ਼ ਸੀਗੀ। ਹਾਂਜੀ ਹਾਂਜੀ, ਦੱਸ ਸਕਦੇ ਜਿਹੜਾ ਐਕਸੀਡੈਂਟ ਹੋਇਆ ਜਾਣਕਾਰੀ ਦੀ? 4 ਮਰੀਜ਼ ਸਾਡੇ ਕੋਲ ਆਏ ਆ, ਇਹ 7:45 ਦੇ ਲਾਗੇ ਸਾਗੇ। ਇੱਕ ਮਨੀਸ਼, ਦੂਜਾ ਹੈਗਾ ਸੁਮਿੱਤਰ, ਤੀਜਾ ਧਰਮਰਾਜ, ਚੌਥਾ ਬੰਟੀ। ਉਹਨਾਂ 'ਚੋਂ ਇੱਕ ਬਰੋਡਡ ਡੈਥ ਹੋ ਗਈ ਅਤੇ ਬਾਕੀਆਂ ਦੇ 2 ਦੇ ਸਿਰ 'ਚ ਸੱਟ ਲੱਗੀ ਹੈ, ਇੱਕ ਥੋੜ੍ਹੀ ਮਤਲਬ ਰਗੜਾਂ ਵਗੈਰਾ ਇੱਕ ਦੇ ਗੋਡੇ 'ਚ ਲੱਗੀਆਂ, ਹੱਥ 'ਤੇ ਕੂਹਣੀ 'ਤੇ ਥੋੜ੍ਹੀ ਬਹੁਤ ਲੱਗੀ, ਉਹ ਬਾਕੀ ਠੀਕ ਹੈਗੇ ਆ। ਸਰ, ਜਿਹੜੀ ਡੈਥ ਹੋਈ ਉਹ ਕੌਣ ਹੈ? ਉਹਨਾਂ ਦਾ ਬੱਚੇ ਉਹ ਮਨੀਸ਼ 40 ਸਾਲ ਦੇ ਹੈਗੇ ਆ, ਦਾਣਾ ਮੰਡੀ ਰਹਿਣ ਵਾਲੇ, ਉਹਨਾਂ ਦੀ ਡੈਥ ਹੋਈ ਹੈ। ਅਤੇ ਇਹਦੀ ਪੁਲਿਸ ਸੂਚਨਾ ਭੇਜ ਦਿਓ। ਹਾਂਜੀ ਹਾਂਜੀ, ਪੁਲਿਸ। ਸਰ, ਕੀ ਲੱਗਦਾ ਜਿਹੜੀ ਡੈਥ ਹੋਣ ਦਾ ਕਾਰਨ, ਮਤਲਬ ਜ਼ਿਆਦਾ ਸੱਟ ਲੱਗਣਾ? ਹੈਡ ਇੰਜਰੀ ਕੁਛ, ਮੈਨੂੰ ਲੱਗਦਾ ਸਿਰ 'ਚੋਂ ਬਲੀਡਿੰਗ ਹੋਣ ਕਰਕੇ, ਸ਼ਾਇਦ ਐਕਸੀਡੈਂਟ ਕਰਕੇ। ਅਤੇ ਡੈਡ ਬੋਡੀ ਜੀ? ਉਹ ਮੋਰਚਰੀ 'ਚ ਦਿਖਾ ਦਿੱਤੀ ਹੈ ਸਰ। ਬਾਕੀਆਂ ਦੀ ਕੰਡੀਸ਼ਨ ਲੱਗਾ ਠੀਕ, ਬਾਕੀ ਠੀਕ। ਅੱਛਾ, ਜਿਹੜਾ ਇੱਕ ਦੇਰ ਰਾਤ ਐਕਸੀਡੈਂਟ ਹੋਇਆ ਉਹਦੀ ਜਾਣਕਾਰੀ ਦਿਓ। ਮੇਰਾ ਏ ਐੱਸ ਜਸਵੰਤ ਸਿੰਘ ਹੈ ਜੀ, ਚੌਂਕੀ ਇੰਡਸਟਰੀ ਦੇ ਲੱਗੇ ਸੀ। ਰਾਤੀ ਸਾਨੂੰ ਇੱਕ ਟੈਲੀਫੋਨ ਆਇਆ, ਕਹਿੰਦੇ ਇਹਨਾਂ ਦਾ ਐਕਸੀਡੈਂਟ ਹੋਇਆ ਜੇ ਸੀ ਡੀ ਮਿਲ ਦੇ ਸਾਹਮਣੇ, ਅਤੇ ਉਹਨਾਂ ਵਿੱਚੋਂ 4 ਬੰਦੇ ਸੀਗਾ ਜੀ, ਅਤੇ ਉਹਨਾਂ 'ਚ ਇੱਕ ਦੀ ਮੌਤ ਹੋ ਗਈ ਅਤੇ 3 ਬੰਦੇ ਜ਼ਖਮੀ ਜੀ। ਇੱਥੇ ਜਿਹਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਆ? ਉਹਨਾਂ ਦਾ ਨਾਮ ਸੀਗਾ ਜੀ ਮਨੀਸ਼ ਗੁਪਤਾ। ਅਤੇ ਬਾਕੀ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ, ਇੱਕ ਦਾ ਨਾਮ ਸੀਗਾ ਜੀ ਧਰਮਰਾਜ, ਬੰਟੀ ਅਤੇ ਸੁਮਿੱਤਰ। ਅੱਛਾ, ਇਹ ਸਾਹਮਣੇ ਆਇਆ ਕੁਛ ਵੀ ਲੱਗੇ ਕਾਹਦੇ ਵਿੱਚ ਆ? ਇਹ ਸਰ ਕਾਰ 'ਚ ਲੱਗੇ, ਪਰ ਹਜੇ ਕਾਰ ਦਾ ਨਾ ਹਜੇ ਆਏ ਨੇ, ਕਾਰ ਹਜੇ ਕਬਜ਼ੇ ਕੀਤੀ ਨਹੀਂ। ਉਹਦਾ ਪਤਾ ਲੱਗ ਗਿਆ ਵੀ ਕਾਰ 'ਚ ਲੱਗੇ, ਕਾਰ 'ਚ ਲੱਗੇ ਸੀ ਕਿਹੜੀ ਜਗ੍ਹਾ ਦੀ? ਇੰਨਾ ਸਾਹਮਣੇ ਆਇਆ ਕੁਛ? ਨੰਬਰ ਇੱਕ ਆਇਆ ਜੀ, ਨੰਬਰ ਟਰੇਸ ਹੋ ਗਿਆ, ਨੰਬਰ ਟਰੇਸ ਹੋ ਗਿਆ, ਫਿਰ ਆਰਸੀ 'ਚ ਕਢਾਵਾਂਗੇ, ਫਿਰ ਅਗਲੀ ਕਾਰਵਾਈ। ਅਤੇ ਕੀ ਕਾਰਵਾਈ ਕੀਤੀ ਗਈ ਹੁਣ? ਪਰਚਾ ਦਰਜ ਹੋ ਗਿਆ ਇਹਨਾਂ ਦੇ, ਪਰਚਾ ਦਰਜ ਕੀਤਾ 287 ਦਾ, ਕਾਰ ਵਾਲੇ 'ਤੇ ਪਰਚਾ ਦਰਜ ਕਰਤਾ ਗਿਆ। ਹਾਂਜੀ, ਅਨਨੋਨ 'ਤੇ ਫਿਲਹਾਲ। ਹਾਂਜੀ, ਫਿਰ ਅਨਨੋਨ 'ਤੇ। ਅਤੇ ਡੈਡ ਬੋਡੀ ਜੀ? ਡੈਡ ਬੋਡੀ ਉਹਨਾਂ ਪੋਸਟਮਾਰਟਮ ਲਗਾ ਕੇ ਵਾਰਸਾਂ ਵਾਲੇ ਕਰਤੇ। ਅਤੇ ਜਿਹੜੇ ਜ਼ਖਮੀ ਆ ਉਹਨਾਂ ਦਾ? ਉਹ ਸਾਰੇ ਉਹ ਇਸ ਤਰ੍ਹਾਂ ਇੱਥੇ ਉਹਨਾਂ ਦੇ ਬਿਆਨ ਲੈਣੇ ਆ ਇੱਥੇ ਉਹਨਾਂ ਦਾ।